ਸ਼੍ਰੀ ਅਕਾਲ, ਆਦਾਬ, ਨਮਸਕਾਰ, ਖੈਰ ਮਕਦਮ ਅਤੇ ਇਸਤਿਕਬਾਲ ਸਾਰਿਆਂ ਨੂੰ ਜੀ, ਈਦ ਮੁਬਾਰਕ। ਮੈਂ ਹਾਂ ਤੁਹਾਡੀ ਆਪਣੀ ਗੁਲਾਬੋ ਔਰ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ। ਹੁਣ ਤੁਸੀਂ ਸੋਚੋਗੇ ਕਿ ਵੀ ਇੰਨੇ ਦਿਨ ਹੋ ਗਏ ਇਹ ਗੁਲਾਬੋ ਗਾਇਬ ਹੋਈ ਪਈ ਸੀ, ਅੱਜ ਅਚਾਨਕ ਇਹਨੇ ਐਂਟਰੀ ਕਿੱਦਾਂ ਮਾਰ ਲਈ। ਮੈਂ ਤੁਹਾਨੂੰ ਕੀ ਦੱਸਾਂ, ਮੈਂ ਐਂਟਰੀ ਬੜੀ ਔਖੀ ਮਾਰੀ ਹੈ ਕਿਉਂਕਿ ਮੇਰੇ ਤਾਂ ਸਟੂਡੀਓ ਦੇ ਵਿੱਚ ਕਬਜ਼ਾ ਹੀ ਕੀਤਾ ਹੋਇਆ ਸੀ। ਕਦੇ ਸਬਜ਼ੀ ਵਾਲੀ ਨੇ, ਕਦੇ ਉਹ ਹਰਿਆਣਵੀ ਕੁੜੀ ਜਿਹੜੀ ਕੱਲ੍ਹ ਹੀ ਆ ਕੇ ਹਟੀ ਹੈ। ਇੱਕ ਵਾਰੀ ਤਾਂ ਮੇਰੀ ਦਾਦੀ ਮਾਂ ਵੀ ਆ ਚੁੱਕੇ ਨੇ, ਨਹੀਂ ਨਹੀਂ ਨਾਨੀ ਜੀ ਆਏ ਸੀ, ਦਾਦਾ ਜੀ ਆ ਚੁੱਕੇ ਨੇ। ਹੋ ਹੋ ਹੋ, ਇੱਕ ਵਾਰੀ ਆਈ ਉਹ ਪਟੋਲਾ ਕੌਰ ਆਂਟੀ, ਬੱਬੀ ਆਂਟੀ, ਸਬਜ਼ੀ ਵਾਲੀ ਨੇ ਵੀ ਆ ਕੇ ਇੱਥੇ ਬੜਾ ਆਪਣੀ ਮਰਜ਼ੀ ਦੇ ਨਾਲ ਸਬਜ਼ੀਆਂ ਵੇਚਣ ਲੱਗ ਗਈ। ਉਹਨਾਂ ਨੂੰ ਇਹ ਨਹੀਂ ਪਤਾ ਇਹ ਸਟੂਡੀਓ ਹੈ, ਇੱਥੇ ਇਹੋ ਜਿਹੇ ਕੰਮ ਨਹੀਂ ਹੁੰਦੇ। ਲੇਕਿਨ ਨਾ, ਉਹ ਲੋਕ ਮੈਨੂੰ ਹੁਣੇ ਤੱਕ ਤੰਗ ਕਰੀ ਜਾਂਦੇ ਨੇ, ਹਰ ਦਿਨ ਫੋਨ ਕਰਕੇ ਕਹਿਣਗੇ ਇੱਕ ਵਾਰੀ ਸਾਨੂੰ ਪ੍ਰੋਗਰਾਮ ਦੇ ਵਿੱਚ ਹੋਰ ਆ ਲੈਂਦੇ। ਪਰ ਨਾ, ਹੁਣ ਮੈਂ ਸੋਚੀ ਜਾਂਦੀ ਹਾਂ ਕਿ ਚਲੋ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ, ਪਰ ਤੁਸੀਂ ਨਾ ਅੱਜ ਜ਼ਰਾ ਮੈਨੂੰ ਫੋਨ ਕਰਕੇ ਇਹ ਦੱਸੋ ਕਿ ਪਹਿਲੀ ਗੱਲ ਤਾਂ ਇੰਨੇ ਦਿਨਾਂ ਤੋਂ ਮੈਂ ਯਾਨੀ ਕਿ ਗੁਲਾਬੋ ਨਹੀਂ ਸੀ ਆਈ, ਤੁਸੀਂ ਮੈਨੂੰ ਕਿੰਨਾ ਮਿਸ ਕੀਤਾ, ਅਤੇ ਦੂਜੀ ਗੱਲ ਇਹ ਕਿ ਹੁਣ ਤੱਕ ਦਾ ਨਾ ਕਿਹੜਾ ਇਹੋ ਜਿਹਾ ਕਿਰਦਾਰ ਹੈ ਜਿਹੜਾ ਤੁਹਾਨੂੰ ਸਾਰਿਆਂ ਨੂੰ ਬੜੇ ਹੀ ਜ਼ਿਆਦਾ ਪਸੰਦ ਆਇਆ ਹੋਵੇ, ਜਾਂ ਫਿਰ ਤੁਸੀਂ ਚਾਹੁੰਦੇ ਹੋਏ ਕਿ ਇੱਕ ਵਾਰ ਉਸ ਕਿਰਦਾਰ ਦੇ ਨਾਲ ਨਾ ਤੁਹਾਡੀ ਦੁਬਾਰਾ ਮੁਲਾਕਾਤ ਹੋ ਜਾਏ। ਔਰ ਮੁਲਾਕਾਤਾਂ ਦਾ ਇਹ ਸਿਲਸਿਲਾ ਜਿਹੜਾ ਉਹ ਸਦਾ ਜਾਰੀ ਰਹਿਣਾ ਚਾਹੀਦਾ। ਸੋ ਇਹਦੇ ਲਈ ਨਾ ਅਸੀਂ ਇੱਕ ਸਾਡੀ ਪਿਆਰੀ ਜੀ ਫੋਨ ਲਾਈਨ ਨੰਬਰ ਹੈ, ਜਿਹੜਾ ਕਿ ਮੈਨੂੰ ਲੱਗਦਾ ਹੁਣ ਤੱਕ ਕਾਫੀ ਸਾਰੇ ਕਾਲਰਸ ਨੂੰ ਤੇ ਸਾਡਾ ਨੰਬਰ ਯਾਦ ਵੀ ਹੋ ਚੁੱਕਿਆ ਹੋਣਾ, ਜਿਹੜਾ ਕੀ ਹੈ 347-252-1232। ਔਰ ਨਾਲ ਹੀ ਨਾਲ ਨਾ ਤੁਸੀਂ ਸਾਨੂੰ ਕਾਲ ਕਰਕੇ ਆਪਣੇ ਵਿਚਾਰ ਵੀ ਦੱਸੋ ਕਿ ਤੁਸੀਂ ਸਾਡੇ ਸ਼ੋਅ ਦੇ ਵਿੱਚ ਕੁਝ ਨਵਾਂ ਕੀ ਦੇਖਣਾ ਚਾਹੁੰਦੇ ਹੋ। ਲੇਕਿਨ ਪੁਰਾਣੇ ਫਿਲਹਾਲ ਤੱਕ ਦੇ ਜਿਹੜੇ ਵੀ ਕਿਰਦਾਰ ਹੁਣ ਤੱਕ ਇਸ ਪ੍ਰੋਗਰਾਮ ਦੇ ਵਿੱਚ ਨਿਭਾਏ ਜਾ ਚੁੱਕੇ ਨੇ, ਮਤਲਬ ਮੈਂ ਤਾਂ ਨਹੀਂ ਆਈ, ਉਹ ਹੀ ਜਿਹੜੇ ਲੋਕ ਆਏ ਸੀਗੇ, ਉਹਨਾਂ ਵਿੱਚੋਂ ਕਿਸੇ ਨੂੰ ਤੁਸੀਂ ਚਾਹੁੰਦੇ ਹੋਏ ਕਿ ਇੱਕ ਵਾਰੀ ਨਾ ਦੁਬਾਰਾ ਤੋਂ ਬੁਲਾ ਦਿਓ, ਜਿਵੇਂ ਕਿ ਸਾਡੀ ਪਟੋਲਾ ਕੌਰ ਆਂਟੀ। ਯਾਦ ਹੈ ਨਾ, ਜੇ ਕੋਈ ਪੁੱਛੇ ਉਮਰ ਦੱਸੇ 26 ਸਾਲ ਜੀ, ਹੋ ਗਿਆ ਫਿੱਟ ਵਲੱਤੀ, ਪੁਰਜਾ ਦੇਸੀ ਇੰਜਣ ਨਾਲ ਜੀ। ਫਿਰ ਉਹ ਸਬਜ਼ੀ ਵਾਲੀ, ਆਲੂ ਲੈ ਲੇ, ਗੋਭੀ ਲੈ ਲੇ, ਟਿੰਡ ਲੈ ਲੇ, ਘੀਆ ਲੈ ਲੇ, ਕੱਦੂ ਲੈ ਲੇ। ਉਹ ਹਰਿਆਣਵੀ ਆਂਟੀ, ਉਹਨੇ ਤਾਂ ਸਾਡਾ ਦਿਮਾਗ ਹੀ ਖਾ ਲਿਆ। ਮੈਨੂੰ ਤਾਂ ਲੱਗਦਾ ਹੁਣ ਤੱਕ ਤਾਂ ਉਹਨੇ ਅਮੈਰੀਕਾ ਪਹੁੰਚ ਵੀ ਗਈ ਹੋਣੀ ਹੈ। ਵੀਜ਼ਾ, ਯੋ ਵੀਜ਼ਾ ਕੈਸੇ ਮਿਲੋਗੋ, ਮਾਰੇ ਕੋ ਤੋ ਯੋ ਸਮਝ ਮੈਂ ਕੌਣ ਨਹੀਂ ਆ ਰਹੀ, ਯੋ ਦਿੱਲੀ ਕੇ ਰਾਜਦੂਤ ਕੇ ਜਾ ਕੇ ਗੇਵਰ ਬਣਾ ਦਿਉਂਗੀ। ਹਾਏ ਹਾਏ, ਉਹਨੇ ਤਾਂ ਸਾਡਾ ਦਿਮਾਗ ਹੀ ਖਾ ਲਿਆ। ਇੱਕ ਹਾਂ, ਜਿਹੜੀ ਉਹ ਮੈਗੀ ਸੀ, ਉਹਦੇ ਉੱਤੇ ਬੈਨ ਨਹੀਂ ਹਟਦਾ ਪਿਆ ਅਤੇ ਉਹ ਮੇਰਾ ਦਿਮਾਗ ਖਾ ਗਈ। ਮੈਗੀ ਹਾਂ, ਮੈਂ ਨਾ ਬਹੁਤ ਪਰੇਸ਼ਾਨ ਹਾਂ, ਮੇਰੇ ਉੱਤੇ ਬੈਨ ਲੱਗ ਗਿਆ। ਉਹ ਤਾਂ ਰੋਜ਼ ਇਹ ਦਿਨ ਮੈਨੂੰ ਫੋਨ ਕਰ ਕਰਕੇ ਪਰੇਸ਼ਾਨ ਹੀ ਕਰ ਦਿੰਦੀ ਹੈ। ਅਤੇ ਇੱਕ ਵਾਰੀ ਸਾਡੇ ਇੱਧਰ ਬਾਬਾ ਜੀ ਵੀ ਆਏ ਸੀਗੇ। ਓਹੋ, ਉਹਨਾਂ ਨੇ ਤਾਂ ਤੁਹਾਨੂੰ ਬੜੀਆਂ ਵਧੀਆ ਸਲਾਹਾਂ ਵੀ ਦਿੱਤੀਆਂ ਸੀ। ਮੈਂ ਸੁਣਿਆ ਕਹਿ ਰਹੇ ਸੀ ਕਿ ਜੇ ਨਾ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਆ ਰਹੀ ਜਾਂ ਫਿਰ ਕੋਈ ਵੀ ਇਹੋ ਜਿਹੀ ਤਕਲੀਫ ਆ ਰਹੀ ਹੈ ਤਾਂ ਟੀ ਵੀ ਦੇ ਉੱਤੇ ਤੁਸੀਂ ਕੱਪੜਾ ਮਾਰੋ, ਸ਼ਾਇਦ ਕੁਛ ਇਹੋ ਜਿਹੀਆਂ ਗੱਲਾਂ ਕਰ ਰਹੇ ਸੀ। ਓਹੋ, ਇੱਕ ਵਾਰ ਕਵਾਲ ਸਾਹਿਬ ਆ ਕੇ ਬੈਠ ਗਏ, ਆਪ ਨੂੰ ਉਹਨਾਂ ਨੂੰ ਗਾਣਾ ਨਹੀਂ ਸੀ ਆਉਂਦਾ ਅਤੇ ਪ੍ਰੋਗਰਾਮ ਲਾਉਣ ਦੀਆਂ ਗੱਲਾਂ ਕਰਦੇ ਪਏ ਸੀ ਅਤੇ ਉੱਪਰੋਂ ਲੋਕਾਂ ਨੂੰ ਵੀ ਕਹਿੰਦੇ ਪਏ ਸੀ ਕਿ ਮੈਨੂੰ ਨਾ ਕੇ ਜੁਆਇਨ ਕਰੋ ਤੁਸੀਂ। ਔਰ ਸਾਡੇ ਜਿਹੜੀ ਇੱਕ ਵਾਰੀ ਉਹ ਸਿੰਗਰ ਆਏ ਸੀ, ਓਏ ਹੋਏ 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 ਹੋਏ, ਉਹ ਸਿੰਗਰ ਨੇ ਤਾਂ ਇਹੋ ਜਿਹਾ ਗਾ ਪਾਇਆ, ਇਹੋ ਜਿਹਾ ਗਾ ਪਾਇਆ, ਮੈਂ ਤੁਹਾਨੂੰ ਕੀ ਦੱਸਾਂ, ਮੈਂ ਤਾਂ ਬੜੀ ਪਰੇਸ਼ਾਨ ਹੋ ਗਈਆਂ। ਇੱਕ ਵਾਰ ਮੇਰੇ ਸਟੂਡੀਓ ਦੇ ਵਿੱਚ ਨਾਗਿਨ ਆ ਗਈ, ਮੈਂ ਤਾਂ ਆਪ ਨਾਗਾਂ ਤੋਂ ਬਹੁਤ ਡਰਦੀ ਹਾਂ, ਅਤੇ ਕਹਿੰਦੀ ਮੈਂ ਤਾਂ ਤੁਹਾਨੂੰ ਵੀ ਡੰਗ ਲੈਣਾ, ਮੈਂ ਤਾਂ ਉਹਨੂੰ ਡਰ ਦੇ ਮਾਰੀ ਇੱਥੇ ਛੱਡ ਦਿੱਤਾ ਸੀ, ਪਤਾ ਮੈਂ ਤਾਂ ਵਿਚਾਰੀ ਮੇਕਅਪ ਰੂਮ ਦੇ ਵਿੱਚ ਬੇਹੋਸ਼ ਪਈ ਸੀ। ਹਾਂ, ਅਤੇ ਉਹ ਜਿਹੜੀ ਮੇਰੀ ਭੈਣ, ਬੋਰਿੰਗ, ਉਹਨੂੰ ਤਾਂ ਘਰ ਜਾ ਕੇ ਚੰਗਾ ਘੁਟਾਪਾ ਚਾੜਿਆ ਮੈਂ। ਖੈਰ ਕੋਈ ਗੱਲ ਨਹੀਂ, ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਇਹਨਾਂ ਸਾਰਿਆਂ ਦੇ ਵਿੱਚੋਂ, ਹਾਲੇ ਤਾਂ ਮੈਂ ਬੜੇ ਸਾਰੇ ਭੁੱਲ ਵੀ ਗਈ ਹਾਂ, ਇੱਕ ਮਿੰਟ ਜ਼ਰਾ ਕੋਈ ਕਾਲ ਆਇਆ, ਆਪਾਂ ਗੱਲ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਹਾਂਜੀ, ਅਸੀਂ ਇੱਥੋਂ ਹੀ ਬੋਲਦੇ, ਨਿਊਯਾਰਕ ਤੋਂ। ਨਿਊਯਾਰਕ ਤੋਂ ਬੋਲਦੇ ਹੋ, ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ। ਮੈਨੂੰ ਇੱਕ ਗੱਲ ਦੱਸੋ, ਤੁਸੀਂ ਮੈਗੀ ਵਾਲਾ ਕਿਰਦਾਰ ਪਸੰਦ ਕੀਤਾ ਸੀ, ਦੇਖਿਆ ਸੀ ਉਹ? ਹਾਂਜੀ, ਤੁਹਾਨੂੰ ਤੁਸੀਂ ਨਹੀਂ, ਉਹ ਦਿਨ ਮਿਲਿਆ ਨਹੀਂ ਫੋਨ। ਕੀ ਹੋਇਆ? ਹਾਂਜੀ, ਉਸ ਦਿਨ ਮਿਲਿਆ ਨਹੀਂ ਫੋਨ, ਨਹੀਂ ਸੀ ਮਿਲਿਆ। ਅੱਛਾ ਅੱਛਾ, ਕਹਿੰਦਾ ਤੁਸੀਂ ਦੁਬਾਰਾ ਲੈ ਕੇ ਆਇਓ ਸ਼ੋ ਮੈਗੀ ਵਾਲਾ। ਮੈਗੀ ਨੂੰ ਦੁਬਾਰਾ ਲੈ ਕੇ ਆਵਾਂ? ਚਲੋ, ਖੈਰ ਕੋਈ ਗੱਲ ਨਹੀਂ, ਮੈਂ ਤੁਹਾਨੂੰ ਇੱਕ ਹੋਰ ਸਲਾਹ ਦਿੰਦੀ ਹਾਂ ਕਿ ਤੁਸੀਂ ਉਹਨੂੰ ਨਾ YouTube ਤੇ ਵੀ ਦੇਖ ਸਕਦੇ ਹੋ, ਪਰ ਜੇ ਤੁਸੀਂ ਉਹਦੇ ਨਾਲ ਗੱਲ ਕਰਨੀ ਹੋਈ ਨਾ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਮੈਗੀ ਨੂੰ ਦੁਬਾਰਾ ਲੱਭ ਕੇ ਲਿਆਈਏ, ਵਿਚਾਰੀ ਸਾਰੇ ਚੈਨਲਾਂ ਵਿੱਚ ਜਾ ਕੇ ਰੋਈ ਪਿੱਟੀ ਜਾਂਦੀ ਹੈ। ਥੋੜਾ ਜਿਹਾ ਭੰਗੜਾ ਪਾ ਕੇ ਦਿਖਾ ਦਿਓ।
ਹਾਂਜੀ ਥੋੜਾ ਜਿਹਾ ਭੰਗੜਾ ਤਾਂ ਪਾ ਦਿਓ। ਭੰਗੜਾ ਪਾਦਾ? ਮੈਂ ਭੰਗੜਾ ਪਾਦਾ? ਮੈਨੂੰ ਤੇ ਨੱਚ ਕੇ ਗਿੱਧਾ ਦਿਖਾ ਦਿਓ ਥੋੜਾ ਜਿਹਾ, ਮੈਨੂੰ ਤੇ ਗਿੱਧਾ ਹੀ ਆਉਂਦਾ। ਨੀ 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 ਥੋੜਾ ਨੀ ਜਿਹਾ ਨੱਚ ਲਿਓ। ਡੀ 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 ਆ ਲਓ ਜੀ ਚੱਕੋ, ਜੋ ਤੁਸੀਂ ਕਰੇ ਮੈਂ ਤੇ ਉਹੀ ਕਰ ਰਹੀ ਆ। ਹਾਂਜੀ ਬਹੁਤ ਅੱਛਾ, ਸੋਹਣਾ ਬਹੁਤ ਸੋਹਣਾ ਲੱਗਾ ਹਲਾ ਤਾਂ, ਆਹ ਹਾ 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 ਕੀ ਬਹੁਤ ਬਾਤ ਸੋਹਣਾ ਹੈ, ਪਾਇਆ ਭੰਗੜਾ, ਵਾਹ ਵਾਹ ਵਾਹ, ਬਹੁਤ ਅੱਛਾ ਸੋਹਣਾ ਲੱਗਾ। ਥੈਂਕ ਯੂ। ਪਰ ਮੈਨੂੰ ਤੁਸੀਂ ਇਹ ਦੱਸੋ, ਤੁਸੀਂ ਮੈਗੀ ਚਾਹੁੰਦੇ ਹੋ ਕਿ ਮੈਗੀ ਹਾਂਜੀ ਵਾਪਸ ਆਏ? ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਇਹ ਤੇ ਜੀ ਉਹ ਮੈਗੀ ਜਿਹੜੀ ਆਈ ਸੀਗੀ ਕਮਲੀ ਜਿਹੀ, ਜਿਹੜੀ ਆਪਣੇ ਉੱਤੋਂ ਬੈਨ ਹਟਵਾਉਣਾ ਚਾਹ ਰਹੀ ਸੀ, ਕਹਿੰਦੇ ਉਹ ਮੈਗੀ ਨੂੰ ਦੁਬਾਰਾ ਲੈ ਕੇ ਆਓ ਕਿਉਂਕਿ ਇਹਨਾਂ ਦਾ ਫੋਨ ਨਹੀਂ ਸੀ ਲੱਗਿਆ। ਔਰ ਮੈਨੂੰ ਲੱਗਦਾ ਇਹ ਮੈਗੀ ਖਾਂਦੇ ਵੀ ਕੁਝ ਜ਼ਿਆਦਾ ਹੁੰਦੇ ਨੇ, ਥੋੜ੍ਹਾ ਜਿਹਾ ਨਾ ਧਿਆਨ ਰੱਖਿਆ ਕਰੋ। ਖੈਰ ਹਲੇ ਤੱਕ ਤਾਂ ਮੈਨੂੰ ਵੀ ਕੁਝ ਨਹੀਂ ਕਲੀਅਰ ਹੋਇਆ, ਪਰ ਜੋ ਕੁਝ ਵੀ ਹੋ ਰਿਹਾ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਆ ਰਹੀਆਂ ਨੇ, ਪਰ ਮੈਗੀ ਨੂੰ ਆਪਾਂ ਦੁਬਾਰਾ ਲੈ ਕੇ ਆਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਆਪਣੇ ਪ੍ਰੋਗਰਾਮ ਦੇ ਵਿੱਚ। ਪਰ ਜੇਕਰ ਤੁਹਾਡਾ ਕੋਈ ਪਸੰਦੀਦਾ ਕਿਰਦਾਰ ਸੀ ਜਿਹਨੂੰ ਤੁਸੀਂ ਚਾਹੁੰਦੇ ਹੋ ਕਿ ਉਹਨੂੰ ਵਾਪਸ ਲੈ ਕੇ ਆਓ, ਸਾਡੀ ਉਹਦੇ ਨਾਲ ਗੱਲ ਨਹੀਂ ਹੋਈ ਤਾਂ ਗੱਲ ਕਰਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੌਣ ਮੈਂ ਬੋਲ ਰਹੀ ਟੀਵੀ ਜੀ? ਆਵਾਜ਼ ਬੰਦ ਕਰ। ਹੈਲੋ ਜੀ, ਕੌਣ ਬੋਲ ਰਹੀ ਹੈ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਮੈਂ ਮੈਰੀਲੈਂਡ ਤੋਂ ਬੋਲ ਰਹੀ ਹਾਂ ਜੀ। ਜੀ ਬਹੁਤ ਬਹੁਤ ਸਵਾਗਤ ਹੈ, ਕੀ ਨਾਮ ਹੈ ਤੁਹਾਡਾ? ਗੁਰਦੀਪ। ਓ ਗੁਰਦੀਪ ਜੀ, ਬਹੁਤ ਬਹੁਤ ਸਵਾਗਤ, ਕੀ ਹਾਲ ਚਾਲ? ਵਧੀਆ ਠੀਕ ਠਾਕ, ਖਾਣਾ ਖਾ ਕੇ ਪਏ ਆ, ਤੁਹਾਡਾ ਪ੍ਰੋਗਰਾਮ ਦੇਖਦੇ। ਓਹੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੇ ਨਾਲੇ ਨਾ ਤੁਸੀਂ ਸਾਡੇ ਪਹਿਲੇ ਕਾਲਰ ਜਿਨ੍ਹਾਂ ਨੇ ਆਪ ਕਹਿ ਕੇ ਟੀਵੀ ਦੀ ਆਵਾਜ਼ ਘੱਟ ਕਰਵਾਤੀ, ਬਹੁਤ ਚੰਗਾ ਲੱਗਾ। ਚੰਗਾ, ਥੈਂਕ ਯੂ, ਮੇਰਾ ਵੀ ਤੁਹਾਡਾ ਵੀ। ਪਰ ਜਦੋਂ ਵੀ ਗੱਲ ਕਰੀਏ ਤਾਂ ਟੀਵੀ ਦੀ ਆਵਾਜ਼ ਬੰਦ ਕਰਕੇ ਥੋੜਾ ਸੋਹਣਾ ਚੰਗਾ ਲੱਗਦਾ ਨਾ, ਟੀਵੀ ਆਵਾਜ਼ ਤਾਂ ਪਿੱਛੋਂ ਆਵਾਜ਼ਾਂ ਹੀ ਆਈ ਜਾਂਦੀਆਂ ਨੇ। ਜੀ ਤੁਸੀਂ ਟੈਕਨੀਕਲੀ ਬੜੇ ਸਟਰੋਂਗ ਹੋ, ਤੁਹਾਨੂੰ ਸਭ ਕੁਝ ਪਤਾ ਲੱਗਦਾ। ਅੱਛਾ ਜੀ, ਹਾਂਜੀ ਹਾਂਜੀ ਹਾਂਜੀ, ਤੁਸੀਂ ਪਹਿਲਾ ਪ੍ਰੋਗਰਾਮ ਦੇਖਦੇ ਰਹੇ ਹੋ ਨਾ? ਜਿੰਨੇ ਵੀ ਪ੍ਰੋਗਰਾਮ ਵੇਖੇ ਮੈਨੂੰ ਸਾਰੇ ਬੜੇ ਚੰਗੇ ਲੱਗਦੇ ਨੇ, ਭਾਵੇਂ ਅੱਖਾਂ 'ਚ ਨੀਂਦ ਆਉਂਦੀ ਸੀ ਤਾਂ ਵੀ ਪੂਰਾ ਵੇਖ ਕੇ ਉੱਪਰ ਜਾਂਦੀ ਸੀ। ਇੰਨਾ ਮੈਨੂੰ ਅਮਲ ਲੱਗ ਗਿਆ, ਜਿਹਨੂੰ ਕਹਿੰਦੇ ਨੇ ਪੰਜਾਬੀ 'ਚ ਫਲਾਣੇ ਤਿੰਨ, ਅਮਲ ਹੀ ਲੱਗ ਗਿਆ ਮੈਨੂੰ, ਅਮਲ ਹੀ ਲੱਗ ਗਿਆ। ਮੈਂ ਆਖਾਂ ਜਿਹੜਾ ਬਸਕਾ ਕੇ ਜਿਹੜੀ ਜਿਹੜੀ ਫੈਮਿਲੀ ਬਾਕੀ ਮੇਰੇ ਮੈਂਬਰ ਨੇ ਉੱਪਰ ਚਲੇ ਜਾਂਦੇ, ਮੈਂ ਥੱਲੇ ਸੋਫੇ 'ਚ ਪੈ ਕੇ ਨੀ ਅੱਖਾਂ ਐਂ ਹੋਣ ਤਾਂ ਫਟਾਫਟ ਖੋਲਣ ਦੀ ਕੋਸ਼ਿਸ਼ ਕਰਦੀ ਸਾਂ। ਮੈਂ ਪੂਰਾ ਟਾਈਮ ਤੁਸੀਂ ਸੋਫਾ ਲੈ ਕੇ ਨਾ ਉੱਪਰ ਉਹਨਾਂ ਦੇ ਕਮਰੇ 'ਚ ਚੱਲ ਕੇ ਨਾ ਜ਼ਬਰਦਸਤੀ ਪ੍ਰੋਗਰਾਮ ਦਿਖਾਓ। ਬੜੇ ਚੰਗੇ ਲੱਗੇ, ਬਹੁਤ ਚੰਗੇ ਲੱਗੇ, ਇਸ ਤਰ੍ਹਾਂ ਹੀ ਚੰਗੇ ਚੰਗੇ ਹੋਰ ਲੈ ਕੇ ਆਇਆ ਕਰੋ, ਸਾਡੇ ਵਰਗਿਆਂ ਦਾ ਮਨ ਬੜਾ ਖੁਸ਼ ਹੁੰਦਾ ਹੈ, ਸਾਡਾ ਵਿਹਲੇ ਬੈਠੇ ਘਰ ਦੇ ਵਿੱਚ ਸਾਡਾ ਟਾਈਮ ਪਾਸ ਹੁੰਦਾ ਹੈ, ਅਸੀਂ ਬੜੇ ਖੁਸ਼ ਹੁੰਦੇ। ਥੈਂਕ ਯੂ। ਪਰ ਹੁਣੇ ਤੱਕ ਕੋਈ ਇਹੋ ਜਿਹਾ ਕੈਰੇਕਟਰ ਹੈ ਜਿਹੜਾ ਤੁਹਾਨੂੰ ਮਤਲਬ ਜ਼ਿਆਦਾ ਚੰਗਾ ਲੱਗਾ ਹੋਵੇ, ਤੁਸੀਂ ਚਾਹੁੰਦੇ ਹੋ ਕਿ ਉਹਨੂੰ ਵਾਪਸ ਲਿਆਈਏ ਆਪਾਂ? ਮੈਂ ਤਾਂ ਤੁਹਾਡਾ ਉਹ ਜਿਹੜੇ ਤੁਸੀਂ ਉਹਦਾ ਨਾ ਸੂਫੀ ਬਣ ਕੇ ਆਏ ਹੋ, ਬੜਾ ਚੰਗਾ ਲੱਗਾ ਸੀ। ਉਹ ਗਾਇਕ ਸਾਹਿਬ ਆਏ ਸੀ ਜਿਹੜੇ, ਉਹ ਸਭ ਤੋਂ ਬੈਸਟ ਹੈ ਨਾ, ਸਾਰੇ ਹੀ ਚੰਗੇ ਲੱਗੇ। ਜਿਹੜਾ ਅੱਜ ਹਰਿਆਣਵੀ ਬਣ ਕੇ ਆਏ ਸੀ ਰਾਤ, ਉਹ ਵੀ ਬੜਾ ਚੰਗਾ ਲੱਗਾ। ਅੱਛਾ ਅੱਛਾ, ਉਹ ਹਰਿਆਣਵੀ ਕੁੜੀ? ਓਕੇ ਓਕੇ ਓਕੇ, ਉਹ ਤੇ ਸਾਡੇ ਬਹੁਤ ਪਿੱਛੇ ਪਈ ਹੋਈ ਹੈ, ਤੁਹਾਨੂੰ ਬਹੁਤ ਚੰਗਾ ਲੱਗਾ। ਉਹ ਤੇ ਸਾਡਾ ਦਿਮਾਗ ਖਾਦਾ ਪਿਆ ਉਹ ਹਰਿਆਣਵੀ ਕੁੜੀ ਨੇ, ਕਹਿੰਦੀ ਕਿ ਮੈਨੂੰ ਤਾਂ ਵੀਜ਼ਾ ਚਾਹੀਏ। ਉਹ ਚਲ ਵੈਗਰੂ ਕਰੇਗਾ, ਉਹਨੂੰ ਵੀਜ਼ਾ ਮਿਲ ਜਾਏਗਾ। ਚਲੋ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਫਿਰ ਵੀਜ਼ਾ ਮਿਲੇਗਾ ਨਾ, ਮੇਰੇ ਕੋਲ ਆ ਕੇ ਰੁਕਿਓ। ਠੀਕ ਹੈ ਜੀ, ਥੈਂਕ ਯੂ ਥੈਂਕ ਯੂ, ਬਹੁਤ ਚੰਗਾ ਲੱਗਾ ਜਦੋਂ ਤੁਸੀਂ ਸਾਰੇ ਦੱਸਦੇ ਹੋ ਬੇਟਾ। ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ। ਔਰ ਅੱਜ ਨਾ ਸਾਰੇ ਅੱਜ ਸਾਨੂੰ ਕਾਲ ਕਰਕੇ ਇਹ ਦੱਸ ਰਹੇ ਨੇ ਕਿ ਫਿਲਹਾਲ ਤੱਕ ਦਾ ਉਹਨਾਂ ਦਾ ਕਿਹੜਾ ਫੇਵਰੇਟ ਕਿਰਦਾਰ ਹੈ, ਜਿਵੇਂ ਕਿ ਆਂਟੀ ਜੀ ਨੇ ਸਾਨੂੰ ਸਪੈਸ਼ਲੀ ਦੱਸਿਆ ਕਾਲ ਕਰਕੇ ਕਿ ਉਹ ਸੂਫੀ ਸਿੰਗਰ ਵੀ ਉਹਨਾਂ ਨੂੰ ਪਸੰਦ ਆਏ ਸੀ, ਕੱਲ੍ਹ ਦੀ ਹਰਿਆਣਵੀ ਕੁੜੀ ਵੀ, ਔਰ ਸਾਰੇ ਕਿਰਦਾਰ ਬਾਕੀ ਠੀਕ ਲੱਗਦੇ ਨੇ ਉਹਨਾਂ ਨੂੰ। ਪਰ ਮੈਗੀ ਦੀ ਡਿਮਾਂਡ ਆਈ ਹੈ ਕਿ ਉਹਨੂੰ ਆਪਾਂ ਵਾਪਸ ਲੈ ਕੇ ਆਈਏ, ਪਰ ਤੁਸੀਂ ਮੈਨੂੰ ਨਹੀਂ ਪੁੱਛੋਗੇ ਕਿ ਤੁਹਾਨੂੰ ਹਜੇ ਤੱਕ ਦਾ ਕਿਹੜਾ ਕਿਰਦਾਰ ਚੰਗਾ ਲੱਗਿਆ ਦੇਖ ਕੇ? ਮੈਨੂੰ ਤਾਂ ਕੋਈ ਵੀ ਨਹੀਂ ਚੰਗਾ ਲੱਗਿਆ, ਮੈਨੂੰ ਤਾਂ ਇਕੱਲੀ ਗੁਲਾਬੋ ਹੀ ਚੰਗੀ ਲੱਗਦੀ ਹੈ, ਐਵੇਂ ਆ ਕੇ ਇੱਥੇ ਜੱਪ ਪਾ ਦਿੰਦੇ ਪ੍ਰੋਗਰਾਮ ਦੇ ਵਿੱਚ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਕੋਈ ਇਹੋ ਜਿਹਾ ਕਿਰਦਾਰ ਜਿਵੇਂ ਕਿ ਪਟੋਲਾ ਕੌਰ ਆਂਟੀ ਸੀ, ਸਬਜ਼ੀ ਵਾਲੀ ਸੀਗੀ, ਹਰਿਆਣਵੀ ਕੁੜੀ ਸੀਗੀ, ਸੂਫੀ ਸਿੰਗਰ ਸੀ, ਇੱਕ ਵੈਸੇ ਹੀ ਸਿੰਗਰ ਆਏ ਸੀ ਸਾਡੇ, ਪੌਪ ਸਿੰਗਰ ਸੀਗੇ ਸ਼ਾਇਦ ਉਹ, ਔਰ ਦਾਦਾ ਜੀ ਆਏ ਸੀ, ਨਾਗਣ ਆਈ ਸੀ, ਔਰ ਇੱਕ ਵਾਰੀ ਤਾਂ ਉਹ ਅੰਗਰੇਜ਼ ਕੁੜੀ ਵੀ ਆ ਕੇ ਸਾਡੇ ਚੈਨਲ ਦੇ ਵਿੱਚ, ਉਹ ਮੈਂ ਇੱਦਾਂ ਦਾ ਕਰੀ ਜਾਂਦੀ ਸੀ, ਮੈਨੂੰ ਤਾਂ ਉਹਦੀ ਬਿਲਕੁਲ ਭਾਸ਼ਾ ਨਹੀਂ ਸਮਝ ਆਈ ਨਾ, ਮਤਲਬ ਉਹਦੀ ਔਰ ਮੇਰੀ ਤਾਂ ਟਿਊਨਿੰਗ ਹੀ ਨਹੀਂ ਸੀ ਨਾ ਆਪਸ ਦੇ ਵਿੱਚ। ਔਰ ਇੱਕ ਵਾਰ ਪੋਲੀਟੀਸ਼ੀਅਨ ਸਾਹਿਬ ਆਏ ਸੀ, ਹਾਏ ਰੱਬਾ, ਲੋਕਾਂ ਨੇ ਤਾਂ ਆਪਣੇ ਦਿਲ ਦੀ ਪੂਰੀ ਭੜਾਸ ਹੀ ਕੱਢ ਦਿੱਤੀ ਸੀ। ਪਰ ਜੇ ਤੁਸੀਂ ਆਪਣੇ ਦਿਲ ਦੀ ਭੜਾਸ ਦੁਬਾਰਾ ਤੋਂ ਕੱਢਣਾ ਚਾਹੁੰਦੇ ਹੋ, ਮੈਂ ਉਹਨਾਂ ਨੂੰ ਬੁਲਾ ਲਿਆਂਗੀ। ਖੈਰ ਕੋਈ ਗੱਲ ਨਹੀਂ, ਅਗਲੇ ਕਾਲਰ ਸਾਡੇ ਨਾਲ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਿਹਾ ਜੀ? ਮੈਂ ਬਲੀਸ ਸਿੰਘ ਬੋਲ ਰਹੀ ਹਾਂ ਕੈਨੇਡਾ ਤੋਂ। ਜੀ ਬਹੁਤ ਬਹੁਤ ਸਵਾਗਤ ਹੈ। ਅੱਛਾ ਹਰਜੀਤ ਜੀ, ਤੁਸੀਂ ਪਹਿਲਾਂ ਪ੍ਰੋਗਰਾਮ ਦੇਖਦੇ ਰਹੇ ਹੋ ਕਿ ਪਹਿਲੀ ਵਾਰ ਦੇਖ ਰਹੇ ਹੋ? ਫਸਟ ਟਾਈਮ ਦੇਖ ਰਹੇ ਹਾਂ। ਫਸਟ ਟਾਈਮ ਦੇਖ ਰਹੇ ਹੋ, ਯਾਨੀ ਕਿ ਤੁਸੀਂ ਪਹਿਲਾਂ ਕੋਈ ਕੈਰੇਕਟਰਸ ਨਹੀਂ ਦੇਖੇ ਹੋਏ ਸਾਡੇ ਸ਼ੋਅ ਦੇ ਵਿੱਚ, ਹੈ ਨਾ? ਹਾਂਜੀ ਹਾਂਜੀ। ਹੁਣ ਤੁਹਾਨੂੰ ਪਨਿਸ਼ਮੈਂਟ ਦਵਾਂ ਮੈਂ?
ਠੀਕ ਹੈ ਮੈਡਮ, ਮੈਂ ਤੁਹਾਨੂੰ ਮੈਂ ਵੈਸੇ ਪਰਸਨ ਮਿਲਿਆ ਹੋਇਆ ਜ਼ਰੂਰ। ਅੱਛਾ ਜੀ, ਬਹੁਤ ਬਹੁਤ ਚੰਗਾ ਲੱਗਾ ਜੀ ਕੈਨੇਡਾ ਚ। ਅੱਛਾ ਜੀ, ਬਹੁਤ ਚੰਗਾ ਲੱਗਾ ਜੀ ਮੈਨੂੰ ਮੈਨੂੰ ਇਦਾਂ ਨਹੀਂ ਯਾਦ ਹੋਣਾ। ਖੈਰ ਹਾਂ, ਤੀਆਂ ਦੇ ਮੇਲੇ ਚ ਮਿਲੇ ਜੀ। ਅੱਛਾ ਜੀ, ਤੀਆਂ ਦੇ ਮੇਲੇ ਤੇ, ਤੀਆਂ ਦੇ ਮੇਲੇ ਤੇ ਤੁਸੀਂ ਕਿਹਨੂੰ ਲੈ ਕੇ ਆਏ ਸੀ? ਉੱਥੇ ਇਕੱਲੀਆਂ ਲੇਡੀਜ਼ ਆਈਆਂ ਸੀਗੀਆਂ। ਹਾਂਜੀ ਹਾਂਜੀ, ਮੈਂ ਆਇਆ ਸੀ ਬੈਕ ਸਾਈਡ ਜੀ। ਅੱਛਾ, ਤੁਹਾਡੇ ਨਾਲ ਤੁਸੀਂ ਸੀ? ਹਾਂਜੀ। ਓ ਬਹੁਤ ਚੰਗਾ ਲੱਗਾ ਜੀ, ਬਹੁਤ ਪਿਆਰਾ ਮੁਲਕ ਹੈ। ਓਕੇ ਓਕੇ, ਹਾਂਜੀ ਬਹੁਤ ਚੰਗਾ ਲੱਗਾ ਤੁਹਾਡਾ ਗੱਲ ਕਰਕੇ, ਤੇ ਅੱਗੇ ਸ਼ੋਅ ਜ਼ਰੂਰ ਦੇਖਦੇ ਰਹੋ। ਔਰ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਔਰ ਇਸ ਤੋਂ ਬਾਅਦ ਸਾਡੇ ਅਗਲੇ ਕਾਲਰ, ਹੈਲੋ 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 ਯਾ, ਹਾਂਜੀ ਸਤਿ ਸ਼੍ਰੀ ਅਕਾਲ। ਟੀਵੀ ਦੀ ਆਵਾਜ਼, ਟੀਵੀ ਦੀ ਆਵਾਜ਼ ਪਲੀਜ਼ ਬੰਦ ਕਰ ਦਿਓ, ਤਾਂ ਹੀ ਸਾਡੀ ਗੱਲ ਹੋ ਸਕੇਗੀ। ਮੈਂ ਬਾਬੂ ਸੇ ਬੋਲਣ ਦੇ ਆ ਜੀ। ਬਾਬੂ ਜੀ, ਕੈਸੇ ਹੋ? ਬਸ ਠੀਕ ਠਾਕ ਹੈ, ਵਧੀਆ। ਗੁਲਾਬੋ, ਉਦੋਂ ਤੇ ਮੈਂ ਤੈਨੂੰ ਬੇਗਮ ਦਾ ਦਰਜਾ ਦਿੱਤਾ। ਹਾਂਜੀ, ਮੈਂ ਕਿਹਾ ਉਦੋਂ ਤੇ ਮੈਂ ਤੈਨੂੰ ਬੇਗਮ ਦਾ ਦਰਜਾ ਦਿੱਤਾ ਸੀ। ਮੈਂ ਕਿਹਾ ਬੜਾ ਏਦਾਂ ਰਾਣੀਆਂ ਰਾਜਿਆਂ ਦਾ ਹੁੰਦਾ। ਹਾਂਜੀ, ਮੈਨੂੰ ਯਾਦ ਆ ਗਿਆ, ਮੈਨੂੰ ਯਾਦ ਆ ਗਿਆ, ਤੁਸੀਂ ਬੜੀ ਤਾਰੀਫ ਕੀਤੀ ਸੀ। ਉਹ ਜਿਹੜੇ ਸੂਫੀ ਗਾਇਕ ਆਏ ਸੀ ਨਾ, ਸੂਫੀ ਗਾਇਕ ਉਹਨਾਂ ਦੀ? ਹਾਂਜੀ 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 ਹਾਂਜੀ। ਅੱਛਾ, ਤੁਸੀਂ ਮੈਨੂੰ ਇਹ ਦੱਸੋ, ਤੁਹਾਨੂੰ ਹੁਣ ਤੱਕ ਦਾ ਕਿਹੜਾ ਕਿਰਦਾਰ ਸਭ ਤੋਂ ਚੰਗਾ ਲੱਗਾ? ਹਾਂਜੀ, ਤੁਸੀਂ ਨਾ ਟੀਵੀ ਦੀ ਆਵਾਜ਼ ਪਹਿਲਾਂ ਪਲੀਜ਼ ਬੰਦ ਕਰ ਦਿਓ, ਨਹੀਂ ਤੇ ਫਿਰ ਗੱਲ ਨਹੀਂ ਹੋ ਸਕੇਗੀ। ਹਾਂਜੀ, ਤੇ ਅੱਛਾ, ਤੁਹਾਨੂੰ ਕਿਹੜੀ ਕਿਹੜਾ ਕੈਰੇਕਟਰ ਹੁਣ ਤੱਕ ਸਭ ਤੋਂ ਚੰਗਾ ਲੱਗਾ? ਮੈਨੂੰ ਤਾਂ ਸਾਰੇ ਚੰਗੇ ਲੱਗਦੇ। ਸਾਰੇ ਚੰਗੇ ਲੱਗਦੇ, ਕੋਈ ਇੱਕ ਅੱਧਾ ਤੁਹਾਡਾ ਫੇਵਰੇਟ ਨਹੀਂ ਬਣਿਆ? ਮਤਲਬ ਕੋਈ ਕਿਸੇ ਦੀ ਯਾਦ ਆਈ ਹੋਵੇ ਕਿ ਹਾਂ ਉਹ ਦੁਬਾਰਾ ਆ ਜਾਵੇ? ਇੱਕ ਆਏ ਆ ਨਿਊਯਾਰਕ ਜੀ। ਹਾਂਜੀ, ਨਿਊਯਾਰਕ ਆਏ ਆ ਉਹ ਜਿਹੜਾ ਕਹਿੰਦਾ ਹੈ ਵੀ ਕਿਹੜਾ ਖੈਰ ਸੰਪਰਕ ਟੁੱਟ ਗਿਆ, ਲਾਈਨ ਡਿਸਕਨੈਕਟ ਹੋ ਗਈ। ਖੈਰ ਕੋਈ ਗੱਲ ਨਹੀਂ, ਤੁਸੀਂ ਸਾਡੇ ਨਾਲ ਰਾਬਤਾ ਰੱਖ ਸਕਦੇ ਹੋ, ਦੁਬਾਰਾ ਕਾਲ ਕਰ ਸਕਦੇ ਹੋ ਅਗਲੇ ਕਾਲਰ ਸਾਡੇ ਨਾਲ। ਹੈਲੋ 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 ਜੀ, ਇਹ ਲਾਈਨ ਜਿਹੜੀ ਹੈ ਇਹਦੇ ਵਿੱਚ ਫਿਰ ਤੋਂ ਪ੍ਰੋਬਲਮ ਆ ਗਈ ਹੈ। ਖੈਰ ਕੋਈ ਗੱਲ ਨਹੀਂ, ਇਹ ਸਿਲਸਿਲਾ ਗੱਲਾਂ ਦਾ ਇਸੇ ਤਰ੍ਹਾਂ ਦੇ ਨਾਲ ਜਾਰੀ ਰਹੇਗਾ। ਅੱਜ ਤੁਸੀਂ ਸਾਨੂੰ ਕਾਲ ਕਰਕੇ ਇਹ ਦੱਸਣਾ ਕਿ ਕਿਹੜਾ ਕਿਰਦਾਰ, ਫਿਲਹਾਲ ਤਾਂ ਗੱਲਾਂ ਵਿਦ ਗੁਲਾਬੋ ਪ੍ਰੋਗਰਾਮ ਜਿਹੜਾ ਕਿ ਗਲੋਬਲ ਪੰਜਾਬ ਟੀਵੀ 'ਤੇ ਲਗਾਤਾਰ ਤੁਸੀਂ ਦੇਖਦੇ ਹੋ, ਹੁਣ ਤੱਕ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ ਤੁਹਾਡੇ ਨਾਲ? ਹੁਣ ਮੇਰੀ ਗੱਲਬਾਤ ਹੋਏਗੀ ਰਾਈਟ ਆਫਟਰ ਆ ਛੋਟੀ ਜਿਹੀ ਬ੍ਰੇਕ। ਵੈਲਕਮ ਬੈਕ ਟੂ ਗੱਲਾਂ ਵਿਦ ਗੁਲਾਬੋ ਗਲੋਬਲ ਪੰਜਾਬ ਟੀਵੀ 'ਤੇ ਇਸ ਵਕਤ ਤੁਸੀਂ ਲਾਈਵ ਦੇਖ ਰਹੇ ਹੋ ਪ੍ਰੋਗਰਾਮ, ਔਰ 347-252-1232 ਇਹ ਸਾਡੀ ਡਾਇਰੈਕਟ ਫੋਨ ਲਾਈਨ ਨੰਬਰ ਹੈ। ਔਰ ਇਸ ਦੇ ਉੱਤੇ ਅੱਜ ਤੁਸੀਂ ਸਾਨੂੰ ਇਹ ਦੱਸ ਰਹੇ ਹੋ ਕਿ ਜੀ ਕਿਹੜਾ ਫਿਲਹਾਲ ਤੱਕ ਦਾ ਉਹ ਕਿਰਦਾਰ ਹੈ ਜਿਹੜਾ ਤੁਹਾਨੂੰ ਕਾਫੀ ਪਸੰਦ ਆਇਆ ਹੋਵੇ ਔਰ ਰਿਪੀਟ ਤੁਸੀਂ ਚਾਹੁੰਦੇ ਹੋ ਕਿ ਉਹਨੂੰ ਆਪਾਂ ਕਰੀਏ ਗੱਲ ਕਰਦੇ ਹਾਂ ਅਗਲੇ ਕਾਲਰ ਨਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਗੁਲਾਬੋ ਜੀ। ਸਤਿ ਸ਼੍ਰੀ ਅਕਾਲ ਗੁਰਚਰਨ ਜੀ। ਹਾਂਜੀ, ਆਈ ਮਿਸਡ ਯੂ ਸੋ ਮਚ ਗੁਰਚਰਨ ਜੀ। ਮੇਰੇ ਤੇ ਕਿੰਨਾ ਚਿਰ ਹੋ ਗਿਆ ਤੁਹਾਡੇ ਨਾਲ ਗੱਲ ਹੀ ਨਹੀਂ ਹੋਈ ਹੈ, ਲੋਕ ਦੇਖ ਲੋ ਹਟਦੇ ਹੀ ਨਹੀਂ। ਅੱਛਾ, ਕੀ ਹਾਲ ਚਾਲ ਹੋ ਗਈ ਹੁਣ ਤਾਂ? ਹਾਂਜੀ। ਅੱਛਾ, ਤੁਹਾਨੂੰ ਕੋਈ ਹੈ ਉਹ ਜਿਹਾ ਕੈਰੇਕਟਰ ਜਿਹੜਾ ਬਹੁਤ ਪਸੰਦ ਆਇਆ ਹੋਵੇ ਹੁਣ ਤੱਕ ਦੁਬਾਰਾ ਲੈ ਕੇ ਆਈ ਆਪਾਂ ਉਹਨੂੰ? ਹਾਂਜੀ, ਪਹਿਲੀ ਗੱਲ ਤਾਂ ਤੁਹਾਡੇ, ਮੈਨੂੰ ਤਾਂ ਸਾਰੇ ਹੀ ਸ਼ੋਅ ਪਸੰਦ ਆ, ਮੈਂ ਤੁਹਾਨੂੰ ਪਤਾ ਰੋਜ਼ ਹੀ ਕਾਲ ਕਰਦੀ ਹਾਂ, ਬਹੁਤ ਹੀ ਜ਼ਿਆਦਾ। ਆ ਤੇ ਮੈਨੂੰ ਪਤਾ, ਮੈਨੂੰ ਸਾਰਿਆਂ ਨੇ ਦੱਸਿਆ ਕਿ ਗੁਰਚਰਨ ਜੀ ਸਾਰਿਆਂ ਦੇ ਨਾਲ ਗੱਲਾਂ ਕਰਦੇ ਸੀ, ਪਰ ਤੁਸੀਂ ਕਦੀ ਆਪਣੀ ਗੁਲਾਬੋ ਨੂੰ ਤਾਂ ਯਾਦ ਹੀ ਨਹੀਂ ਕੀਤਾ। ਤੇ ਬਾਕੀ ਫੇਰ ਜਿਸ ਦਿਨ ਤੁਸੀਂ ਸਬਜ਼ੀ ਵੇਚਦੇ ਸੀ, ਮੈਨੂੰ ਤਾਂ ਉਹ ਵੀ ਸ਼ੋਅ ਬਹੁਤ ਵਧੀਆ ਲੱਗਦਾ। ਓਹੋ, ਸਬਜ਼ੀ ਵਾਲੀ? ਓਹੋ, ਉਹ ਸਾਡੀ ਗਲੀ 'ਚ ਨਾ ਸਬਜ਼ੀ ਵੇਚਦੀ ਹੁੰਦੀ ਹੈ, ਉਹ ਦਿਮਾਗ ਖਾ ਜਾਂਦੀ ਸਾਰਿਆਂ ਦਾ ਬੋਲ ਬੋਲ ਕੇ। ਜਿਹਦੇ ਘਰੇ ਸਬਜ਼ੀ ਵੇਚਣ ਜਾਂਦੀ ਹੈ ਨਾ, ਐਡਵਾਂਸ ਲੈ ਆਉਂਦੀ ਹੈ ਕਿ ਅਗਲੇ ਅਗਲੇ ਦਿਨ ਦੀ ਸਬਜ਼ੀ ਵੀ ਮੈਂ ਹੀ ਦੇ ਕੇ ਜਾਊਂਗੀ। ਹਾਂਜੀ, ਨਹੀਂ ਤੁਹਾਡੇ ਸ਼ੋਅ ਸਾਰੇ ਹੀ ਬਹੁਤ ਪਸੰਦ ਆ ਮੈਨੂੰ ਤਾਂ, ਕਿਉਂ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ, ਮੈਂ ਰੋਜ਼ ਹੀ ਕਾਲ ਕਰਦੀ ਹਾਂ। ਤੁਸੀਂ ਦੇਖਦੇ ਨਹੀਂ ਹੋ ਕਦੇ ਕਿਤੇ, ਘਰੋਂ ਬਾਹਰ ਹੋਵਾਂ ਤਾਂ ਕੀ ਕਹਿਣਾ। ਸਾਰੇ ਹੀ ਬਹੁਤ ਵਧੀਆ ਲੱਗਦੇ ਆ ਸ਼ੋਅ। ਥੈਂਕ ਯੂ ਸੋ ਮਚ, ਮਤਲਬ ਤੁਹਾਡੇ ਮੁਤਾਬਿਕ ਜੇ ਕਦੀ ਦੁਬਾਰਾ ਆਪਾਂ ਲੈ ਕੇ ਆਉਣਾ ਤਾਂ ਆਪਾਂ ਸਬਜ਼ੀ ਵਾਲੀ ਨੂੰ ਲੈ ਕੇ ਆਈਏ, ਹੈ ਨਾ? ਹਾਂਜੀ, ਓਕੇ, ਠੀਕ ਹੈ। ਅੱਛਾ ਗੁਰਚਰਨ ਜੀ, ਮੈਨੂੰ ਇੱਕ ਗੱਲ ਹੋਰ ਤੁਸੀਂ ਦੱਸੋ ਕਿ ਨਾ, ਤੁਹਾਨੂੰ ਹੁਣ ਕਿੰਨਾ ਕੁ ਵਕਤ ਹੋ ਚੁੱਕਾ ਹੈ ਜਦੋਂ ਤੁਸੀਂ ਇਸ ਸ਼ੋਅ ਦੇ ਵਿੱਚ ਕਾਲ ਕਰ ਰਹੇ ਹੋ ਗੱਲਾਂ ਵਿਦ ਗੁਲਾਬੋ ਦੇ ਵਿੱਚ? ਮੈਨੂੰ ਬਸ ਜਦੋਂ ਤੁਹਾਡਾ ਸ਼ੋਅ ਸ਼ੁਰੂ ਹੋਇਆ ਉਦੋਂ ਥੋੜ੍ਹਾ ਚਿਰ ਬਾਅਦ ਮੈਂ ਸ਼ੁਰੂ ਕਰਤਾ। ਆਹਾ, ਵਾਹ 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 ਵਾਹ, ਫਿਰ ਤੇ ਮਤਲਬ ਮੈਂ ਮੰਨ ਸਕਦੀ ਹਾਂ ਕਿ ਆਪਾਂ ਪੱਕੀ ਵਾਲੀ ਸਾਡੀ ਆੜੀ ਪੈ ਚੁੱਕੀ ਆ ਹੁਣ, ਹੈ ਨਾ? ਹਾਂਜੀ, ਫਿਰ ਜਦੋਂ ਛੋਟੀ ਗੁਲਾਬ ਆਉਂਦੀ ਹੁੰਦੀ ਉਦੋਂ ਵੀ ਕਰਦੇ ਹੁੰਦੇ ਸੀ। ਅੱਛਾ, ਉਹ ਨਿੱਕੀ ਚਲੇ ਗਏ ਸੀ ਮਹੀਨਾ ਕ, ਉਹ ਨਿੱਕੀ ਗੁਲਾਬੋ?
ਓਹਦੀ ਤੇ ਮੇਰੇ ਤੇ ਬਿਲਕੁਲ ਨੀ ਬਣਦੀ, ਬੜਾ ਖੁੱਟਿਆ ਉਹਨੂੰ ਮੈਂ। ਤੁਸੀਂ ਦੋਨੋਂ ਇਕੱਠੀਆਂ ਨਹੀਂ, ਉਹ ਵੀ ਸ਼ੋਅ ਬਹੁਤ ਸੋਹਣਾ ਸੀ। ਅੱਛਾ ਹਾਂ, ਉਸ ਦਿਨ ਉਹ ਵਾਪਸ ਚੱਲੀ ਸੀ, ਮੈਂ ਉਹਨੂੰ ਫੇਅਰਵੈਲ ਪਾਰਟੀ ਦਿੱਤੀ ਸੀਗੀ, ਕੁੱਟ ਕੁੱਟ ਕੇ ਭੇਜਿਆ ਸੀ ਇੱਥੋਂ, ਪਹਿਲੀ ਇਹੋ ਜਿਹੀ ਫੇਅਰਵੈਲ ਪਾਰਟੀ ਸੀ। ਜਿਸ ਨਹੀਂ ਆਇਆ ਨਾ ਕਰਿਆ ਕਰੋ, ਉਹ ਵੀ ਚੰਗੀ ਸੀ ਵਿਚਾਰੀ, ਚੰਗੀ ਸੀ। ਚਲ ਕੋਈ ਗੱਲ ਨਹੀਂ, ਕੋਸ਼ਿਸ਼ ਕਰਾਂਗੇ, ਲੈ ਆਵਾਂਗੇ ਉਹਨੂੰ ਵੀ ਕਿਤੇ, ਵਿਚਾਰੇ ਨੂੰ ਮਿਲਾ ਦਾਂਗੇ ਸਾਡੇ ਨਾਲ। ਆਹੋ ਕਿਤੇ ਕਿਤੇ ਉਹਨੂੰ ਵੀ ਲੈ ਆਇਓ। ਜ਼ਰੂਰ ਜ਼ਰੂਰ। ਔਰ ਬੜਾ ਚੰਗਾ ਲੱਗਦਾ ਗੁਰਚਰਨ ਜੀ ਜਦੋਂ ਤੁਸੀਂ ਸ਼ੋਅ ਦੇ ਵਿੱਚ ਕਾਲ ਕਰਦੇ ਹੋ ਡਾਇਰੈਕਟ ਸਾਨੂੰ, ਅਸੀਂ ਇੱਕ ਦੂਜੇ ਨੂੰ ਦੇਖ ਨਹੀਂ ਪਾਉਂਦੇ, ਪਰ ਦੇਖੋ ਟੀਵੀ ਕਿੰਨਾ ਵਧੀਆ ਖੂਬਸੂਰਤ ਜ਼ਰੀਆ ਹੈ, ਸਾਡੀ ਗੱਲਬਾਤ ਇੱਕ ਦੂਜੇ ਦੇ ਨਾਲ ਹੋ ਜਾਂਦੀ ਹੈ। ਤਾਰੀਫ ਜੀ ਹੋਈ ਜਾ ਰਹੀ ਹੈ, ਮੈਨੂੰ ਥੋੜੇ ਸ਼ਰਮ ਸ਼ਰਮ ਵਾਲੀ ਆ ਰਹੀ ਹੈ। ਬਹੁਤ ਚੰਗਾ ਲੱਗਾ ਗੁਰਚਰਨ ਜੀ, ਅੱਗੇ ਵੀ ਸ਼ੋਅ ਦੇ ਵਿੱਚ ਏਦਾਂ ਹੀ ਕਾਲ ਕਰਦੇ ਰਹੋ, ਮੈਂ ਜ਼ਰਾ ਅਗਲੇ ਕਾਲਰ ਨਾਲ ਗੱਲ ਕਰ ਲਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਗੁਲਾਬੋ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਨਿਊਯਾਰਕ ਤੋਂ ਬੋਲਦੀ ਆ, ਰਾਜੇ ਦੀ ਰਾਣੀ। ਓਏ ਹੋਏ, ਰਾਜਾ ਜੀ ਦੀ ਰਾਣੀ, ਤੁਸੀਂ ਗਾਣਾ ਦੁਬਾਰਾ ਇੱਕ ਵਾਰੀ ਸੁਣਾ ਦਿਓ। ਨਹੀਂ ਨਹੀਂ, ਉਹ ਤਾਂ ਮੈਂ ਵੈਸੇ ਕਿਹਾ ਸੀ। ਅੱਛਾ, ਹਾਂਜੀ, ਨਾ ਪਿਛਲੀ ਦੇ ਨਾ ਅਗਲੀ ਦੇ ਮੈਂ ਬਾਹਰੇ ਜਾਵਾਂ ਗਬਲੀ ਗਬਲੀ ਦੇ। ਔਰ ਸ਼ੋਅ ਦੇ ਵਿੱਚ ਕਾਲ ਕਰਦੇ ਹੋਏ ਤੁਹਾਨੂੰ ਕਿੰਨਾ ਟਾਈਮ ਹੋ ਚੁੱਕਾ ਹੈ? ਹਾਂਜੀ, ਕਿੰਨਾ ਦੇਰ ਹੋ ਗਈ? ਕਾਫੀ ਦੇਰ ਹੋ ਗਈ ਹੈ। ਖੈਰ ਅੱਗੇ ਵੀ ਸਿਲਸਿਲਾ ਇਸੇ ਤਰ੍ਹਾਂ ਦੇ ਨਾਲ ਚੱਲ ਰਿਹਾ ਹੈ। 4 ਮਹੀਨੇ ਹੋ ਗਏ ਨੇ ਇਸ ਗੱਲ ਨੂੰ। ਵਾਹ, ਕੀ ਬਾਤ ਹੈ, 4 ਮਹੀਨੇ ਤੋਂ ਲਗਾਤਾਰ ਗੱਲ ਹੋ ਰਹੀ ਹੈ। ਬਹੁਤ ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ, ਅੱਗੇ ਵੀ ਗੱਲ ਕਰਦੇ ਰਹਾਂਗੇ। ਜ਼ਰਾ ਅਗਲੇ ਕਾਲਰ ਦਾ ਫੋਨ ਹੈ। ਹੈਲੋ ਹੈਲੋ, ਜਾਦੂ ਕਰਤਾ ਕੋਈ ਤੁਹਾਡੀ ਵਾਈਫ ਤੇ ਜਾਦੂ ਕਰਦਾ? ਅੱਗੇ ਵਾਈਫ ਕਾਲ ਕਰਕੇ ਕਹਿੰਦੀ ਹੁੰਦੀ ਆ ਵੀ ਮੇਰੇ ਘਰ ਵਾਲੇ ਤੇ ਜਾਦੂ ਕਰਤਾ, ਅੱਜ ਪਹਿਲਾ ਘਰ ਵਾਲਾ ਜਿਹੜਾ ਕਹਿ ਰਿਹਾ ਮੇਰੀ ਘਰ ਵਾਲੀ ਤੇ ਕਰਤਾ। ਸਾਰੀ ਦਿਹਾੜੀ ਗੁਲਾਬੋ ਜੀ, ਆਈ ਐਮ ਸੌਰੀ, ਸਾਰੀ ਦਿਹਾੜੀ ਜਦ ਤੱਕ ਤੁਹਾਡਾ ਸ਼ੋਰੀ ਦੇ ਨੀਂਦ ਨਹੀਂ ਆਉਂਦੀ। ਓਏ ਰੱਬਾ, ਤੁਸੀਂ ਇੰਨੀ, ਮੈਂ ਸੱਚੀ ਕਹਿ ਰਹੀ ਹਾਂ, ਮੈਂ ਅਗਲੀ ਵਾਰ ਨਾ ਆ ਲਾਲ ਪਰੀ ਬਣ ਕੇ ਆਣਾ। ਕੱਲ ਗਿਆ ਸੀ, ਮੇਰੀ ਪਿਕਚਰ ਲੈ ਲਓ। ਹਾਂਜੀ, ਬੜਾ ਚੰਗਾ ਲੱਗਦਾ ਜਦੋਂ, ਮਤਲਬ ਵੈਸੇ ਨਾ ਬੜੇ ਘੱਟ ਲੋਕ ਹੁੰਦੇ ਨੇ ਜਿਹੜੇ ਇੰਨੇ ਖੂਬੀ ਦੇ ਵਿੱਚ ਜਦੋਂ ਮਸਤ ਜੇ ਹੁੰਦੇ ਨੇ ਤੇ ਗੱਲ ਕਰ ਪਾਉਂਦੇ ਨੇ, ਪਰ ਬੜਾ ਚੰਗਾ ਲੱਗਦਾ ਜਦੋਂ ਤੁਹਾਡਾ ਫੋਨ ਆਉਂਦਾ। ਮੈਂ ਆਵਾਂਗੀ ਲਾਲ ਪਰੀ ਬਣ ਕੇ ਤੁਹਾਡੇ ਲਈ, ਸਪੈਸ਼ਲੀ ਡੈਡੀਕੇਟਿਡ ਟੂ ਯੂ। ਪਰ ਮੈਂ ਤੇਰੇ ਖਿਆਲਾਂ ਤੇ ਤੇਰੀਆਂ ਗੱਲਾਂ ਤੇ ਤੁਸੀਂ ਥੋੜੇ ਲਾਈਨ ਨਾਲ ਨਾਲ ਥੋੜੀ ਜਿਹੀ ਡਿਸਕਨੈਕਟ ਹੋ ਗਈ, ਪਰ ਬੜਾ ਚੰਗਾ ਲੱਗਾ ਇਹਨਾਂ ਦੇ ਨਾਲ ਗੱਲ ਕਰਕੇ, ਮਜ਼ਾ ਆਉਂਦਾ ਕਈ ਵਾਰ। ਅਗਲੇ ਕਾਲਰ ਸਾਡੇ ਨਾਲ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ ਗੁਲਾਬੋ ਜੀ? ਮੈਂ ਠੀਕ ਹਾਂ। ਬੱਬੂ ਜੀ? ਨਹੀਂ, ਮੈਂ ਕਮਲ ਬੋਲਦੀ ਹਾਂ। ਓ ਕਮਲ ਜੀ, ਬਹੁਤ ਬਹੁਤ ਸਵਾਗਤ ਹੈ, ਕੀ ਹਾਲ ਚਾਲ? ਬਹੁਤ ਸੋਹਣਾ, ਤੁਸੀਂ ਕਿਵੇਂ ਹੋ? ਮੈਂ ਬਿਲਕੁਲ ਠੀਕ ਠਾਕ ਹਾਂ। ਬੜਾ ਮਜ਼ਾ ਆਉਂਦਾ ਹੈ, ਬਹੁਤ ਮਜ਼ਾ ਆਉਂਦਾ ਹੈ, ਅਸੀਂ ਬਹੁਤ ਇੰਜੋਏ ਕਰਦੇ ਹਾਂ ਤੁਹਾਡੇ ਸ਼ੋਅ ਨੂੰ। ਥੈਂਕ ਯੂ ਸੋ ਮਚ। ਬਸ ਆਉਂਦੇ ਰਹੋ, ਮਜ਼ਾ ਕਰਾਉਂਦੇ ਰਹੋ, ਕਰਦੇ ਰਹੋ। ਤੁਹਾਡਾ ਹਰ ਕਰੈਕਟਰ ਬਹੁਤ ਸੋਹਣਾ, ਸਪੈਸ਼ਲੀ ਜਦੋਂ ਤੁਸੀਂ ਟੀਚਰ ਬਣੇ ਸੋਹਣਾ। ਸਲਾਈਆਂ ਵਾਲੀ ਮੈਡਮ? ਹਾਂ, ਉਹਨਾਂ ਨੂੰ ਤੇ ਮੈਂ ਭੁੱਲ ਹੀ ਗਈ, ਸਾੜੀ ਵਾਲੀ ਮੈਡਮ। ਸਲਾਈਆਂ ਵਾਲੀ ਮੈਡਮ, ਉਹ ਸਰਕਾਰੀ ਸਕੂਲ ਵਾਲੇ। ਅਤੇ ਹੁਣ ਜਿਹੜਾ ਤੁਸੀਂ ਸੂਫੀ ਦਾ ਉਹ ਕੀਤਾ ਸੀ,
ਸੂਫੀ ਬਣੇ ਸੋ ਸਿੰਗਰ ਸੂਫੀ ਅੱਛਾ ਜੀ ਅੱਛਾ ਹਾਂਜੀ ਉਹ ਹੀ ਆਹ ਅੱਛਾ 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 ਹਾਂਜੀ ਉਹ ਪਿੱਛੇ ਜੇ ਆਏ ਸੀਗੇ ਉਹ ਸੂਫੀ ਗਾਇਕ ਔਰ ਯੂਐਸ ਦੇ ਵਿੱਚ ਮੈਨੂੰ ਲੱਗਦਾ ਅੱਜ ਕੱਲ੍ਹ ਪ੍ਰੋਗਰਾਮ ਵੀ ਲਾਉਂਦੇ ਪਏ ਨੇ ਅਤੇ ਜਿਹੜੇ ਮੈਡਮ ਜੀ ਉਹ ਸਵੈਟਰ ਹੀ ਬੁਣੀ ਚਲੀ ਜਾਂਦੇ ਨੇ ਹਾਂਜੀ ਬਹੁਤ ਸੋਹਣਾ ਜੀ ਬੜਾ ਮਜ਼ਾ ਅਸੀਂ ਕਰਦੇ ਥੈਂਕ ਯੂ ਸੋ ਮੱਚ ਔਰ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਰੇ ਦਰਸ਼ਕਾਂ ਨੂੰ ਵੀ ਮੈਂ ਕਹਿਣਾ ਚਾਹਾਂਗੀ ਕਿ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਕਿ ਤੁਸੀਂ ਸ਼ੋਅ ਦੇ ਵਿੱਚ ਲਗਾਤਾਰ ਕਾਲ ਕਰਦੇ ਰਹਿੰਦੇ ਹੋ ਇੰਤਜ਼ਾਰ ਕਰਦੇ ਹੋ ਇਸ ਪ੍ਰੋਗਰਾਮ ਦਾ ਔਰ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ ਆਪਣਾ ਪਰਿਵਾਰ ਬਣ ਚੁੱਕਾ ਸਾਡਾ ਗਲੋਬਲ ਪੰਜਾਬ ਟੀਵੀ ਦਾ ਔਰ ਜਿੰਨੇ ਵੀ ਨਵੇਂ ਲੋਕ ਨਵੇਂ ਦਰਸ਼ਕ ਸਾਡੇ ਪ੍ਰੋਗਰਾਮ ਦੇ ਨਾਲ ਅੱਗੇ ਵੀ ਜੁੜਨਗੇ ਕਾਲ ਕਰਨ ਦੀ ਕੋਸ਼ਿਸ਼ ਕਰਦੇ ਨੇ ਕਈ ਵਾਰੀ ਕਾਲ ਨਹੀਂ ਲੱਗਦੀ ਉਹਨਾਂ ਤੋਂ ਮੈਂ ਮਾਫ਼ੀ ਮੰਗਦੀ ਹਾਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਬਹੁਤ ਜਲਦ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਪ੍ਰੋਗਰਾਮ ਦੀ ਟਾਈਮਿੰਗ ਵਧਾ ਦਈਏ ਤਾਂ ਕਿ ਬਹੁਤ ਸਾਰੇ ਕਾਲਰਸ ਦੇ ਨਾਲ ਗੱਲ ਕਰ ਸਕੀਏ ਲੇਕਿਨ ਫਿਲਹਾਲ ਦੇ ਲਈ ਗੱਲਾਂ ਵਿੱਚੋਂ ਗੱਲ ਮੈਨੂੰ ਮੈਗੀ ਲੱਭਣ ਜਾਣਾ ਪੈਣਾ ਨਾਲੇ ਮੈਂ ਉਹ ਮੈਡਮ ਨੂੰ ਵੀ ਲੱਭ ਕੇ ਆਵਾਂ ਬੜੇ ਸਾਰੇ ਲੋਕ ਨੇ ਜਿਹੜੇ ਪਿੱਛੇ ਪਏ ਦੇਖਦੀ ਹਾਂ ਕਿ ਹੁਣ ਇਹਨਾਂ ਵਿੱਚੋਂ ਕਿਹਨੂੰ ਵਾਪਸ ਲੈ ਕੇ ਆਵਾਂਗੀ ਲੇਕਿਨ ਅਗਲੀ ਵਾਰ ਮੈਂ ਲਾਲਪੁਰੀ ਬਣ ਕੇ ਆਵਾਂਗੀ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਯਾਨੀ ਗੁਲਾਬੋ ਵੱਲੋਂ ਸਤਿ ਸ਼੍ਰੀ ਅਕਾਲ।